ਜਲੰਧਰ ਚ ਮੁਹੱਲਾ ਗੁੱਲਾ ਦੀ ਚੱਕੀ ਚ ਸਥਿਤ ਇੱਕ ਘਰ ਤੇ PSPCL ਵੱਲੋਂ ਛਾਪੇਮਾਰੀ ਕੀਤੀ ਗਈ। PSPCL ਦੇ ਅਧਿਕਾਰੀਆਂ ਨੇ ਇਹ ਰੇਡ ਬਿਜਲੀ ਦੇ ਉਪਕਰਨਾਂ ਨਾਲ ਛੇੜਛਾੜ ਕਰਨ ਤੇ ਮਿਲੀ ਸੂਚਨਾ ਦੇ ਆਧਾਰ ਤੇ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਾਡਲ ਹਾਊਸ 'ਚ ਸਥਿਤ ਇੱਕ ਘਰ 'ਚ ਬਿਜਲੀ ਦੇ ਉਪਕਰਨਾਂ ਅਤੇ ਮੀਟਰ ਨਾਲ ਛੇੜਛਾੜ ਕਰਕੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ 'ਤੇ ਉਹਨਾਂ ਨੇ ਟੀਮ ਨਾਲ ਮਿਲ ਕੇ ਘਰ 'ਚ ਰੇਡ ਮਾਰ ਲਈ। ਉਹਨਾਂ ਕਿਹਾ ਕਿ ਚੈਕਿੰਗ ਦੌਰਾਨ ਮਿਲੀ ਡਿਟੇਲ ਦੇ ਆਧਾਰ 'ਤੇ ਮਹਿਕਮੇ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉੱਧਰ ਜਿਸ ਘਰ 'ਤੇ ਬਿਜਲੀ ਵਿਭਾਗ ਨੇ ਛਾਪੇਮਾਰੀ ਕੀਤੀ ਹੈ, ਉਸ ਪਰਿਵਾਰ ਵੱਲੋਂ ਅਧਿਕਾਰੀਆਂ 'ਤੇ ਨਜਾਇਜ਼ ਤੌਰ 'ਤੇ ਤੰਗ ਪਰੇਸ਼ਾਨ ਕਰਨ ਦੇ ਆਰੋਪ ਲਾਏ ਜਾ ਰਹੇ ਨੇ। ਪਤਾ ਨਹੀਂ ਸਾਨੂੰ ਹਰ ਵਾਰੀ ਆ ਕੇ ਪਰੇਸ਼ਾਨ ਕਰਦੇ ਆ, ਕਦੀ ਕਹਿੰਦੇ ਤੁਹਾਡੇ ਮੀਟਰ 'ਚ ਕੋਈ ਖਰਾਬੀ ਹੈ, ਕਦੀ ਕੁਛ ਕਹਿੰਦੇ ਅਸੀਂ ਚੈੱਕ ਕਰਨਾ, ਪਿੱਛੇ ਜੇ ਵੀ ਆਏ ਸੀ ਚੈੱਕ ਕਰਕੇ ਚਲੇ ਗਏ, ਹੁਣ ਫਿਰ ਆਏ ਕਹਿੰਦੇ ਲੋਡ ਚੈੱਕ ਕਰਨਾ। ਲੋਡ ਚੈੱਕ ਕਰਨ ਦੇ ਬਹਾਨੇ ਸਾਡੇ ਘਰ ਦੀ ਪੂਰੀ ਤਲਾਸ਼ੀ ਲਈ ਇਹਨਾਂ ਨੇ, ਕਦੀ ਸਟੋਰ 'ਚ ਜਾਂਦੇ ਆ, ਕਦੀ ਕੁਛ, ਬਕਾਇਦਾ ਅਸੀਂ ਵੀਡੀਓਜ਼ ਵੀ ਬਣਾਈਆਂ ਇਹਨਾਂ ਦੀ ਜਿਹੜੀ ਸਾਡੀ ਤਲਾਸ਼ੀ ਲੈ ਰਹੇ ਸੀ। ਕਿਸ ਤਰ੍ਹਾਂ ਦੀ ਤਲਾਸ਼ੀ ਲਈ ਗਈ ਹੈਗੇ, ਕੀ ਤੁਹਾਡੇ ਸਮਾਨ ਨੂੰ ਇੱਥੇ ਛੇੜਖਾਨੀ ਕੀਤੀ ਗਈ? ਸਾਡੇ ਇਹਨਾਂ ਨੇ ਦੇਖਿਆ, ਤਾਰਾਂ ਤੂਰਾਂ ਚੈੱਕ ਕੀਤੀਆਂ ਸਾਰੀਆਂ, ਬਿਜਲੀ ਦਾ ਹੀ ਸਮਾਨ ਸੀਗਾ, ਅਤੇ ਕਹਿੰਦੇ ਤੁਸੀਂ ਚੈੱਕ ਕਰਾਓ ਆਪਣਾ ਸਟੋਰ ਸਟੂਰ ਸਾਡਾ ਖੋਲਿਆ, ਖੋਲ ਕੇ ਅਤੇ ਹੁਣ ਚਲੇ ਗਏ। ਹਾਂਜੀ, ਸਾਡਾ ਮੀਟਰ ਵੀ ਇਹਨਾਂ ਨੇ ਬਦਲਿਆ। ਸਾਨੂੰ ਬਹੁਤ ਹਰਾਸਮੈਂਟ ਕਰਦੇ, ਮੈਂ ਇਕੱਲੀ ਲੇਡੀਜ਼ ਹਾਂ ਘਰ, ਅਤੇ ਮੈਨੂੰ ਇਹ ਬਹੁਤ ਜ਼ਿਆਦਾ ਤੰਗ ਕਰਦੇ, ਕਦੀ ਕਹਿੰਦੇ ਸਾਨੂੰ ਅੰਦਰ ਦੇਖਣਾ, ਇੱਧਰ ਕਰਨਾ, ਉਹ ਕਰਨਾ, ਹੁਣ ਕਹਿੰਦੇ ਸਾਈਨ, ਮੈਂ ਕਿਹਾ ਅਸੀਂ ਨਹੀਂ ਇੱਦਾਂ ਆਪਣੇ ਮੰਮੀ ਪਾਪਾ ਤੋਂ ਬਿਨਾਂ ਕਰਦੇ। ਮੈਂ ਹੀ ਸੀਗੀ ਇਸ ਟਾਈਮ ਮੌਕੇ 'ਤੇ, ਮੈਂ ਹੀ ਸੀਗੀ, ਮੇਰੇ ਮੰਮਾ ਗਏ। ਹਾਂਜੀ, ਦੋ ਸੀਗੀਆਂ, ਦੋ ਲੇਡੀ ਮੁਲਾਜ਼ਮ ਸੀਗੀਆਂ। ਇਹ ਸਾਡੇ ਘਰ ਆ ਚੁੱਕੇ ਨੇ, ਤੀਜੀ ਚੌਥੀ ਵਾਰ ਆ ਚੁੱਕੇ ਨੇ। ਤੁਸੀਂ ਇਹਨਾਂ ਦੇ ਖਿਲਾਫ ਕੋਈ ਕੰਪਲੇਂਟ ਵਗੈਰਾ, ਕੋਈ ਐਕਸ਼ਨ ਲਿਆ? ਅਸੀਂ ਕੋਈ ਨਹੀਂ ਲਿਆ ਇਹਨਾਂ ਦੇ ਖਿਲਾਫ ਕੋਈ, ਹੁਣ ਅਸੀਂ ਜ਼ਰੂਰ ਲਵਾਂਗੇ, ਕਿਉਂਕਿ ਸਾਨੂੰ ਤੰਗ ਕਰਦੇ ਆ, ਹਰਾਸ ਕਰਦੇ ਆ ਬਹੁਤ ਜ਼ਿਆਦਾ। ਚੈਕਿੰਗ ਕੀਤੀ ਹੈ ਘਰ ਦੇ ਵਿੱਚ, ਕੋਈ ਮੀਟਰ ਦੀ ਅਤੇ ਲੋਡ ਸੰਬੰਧੀ ਚੈਕਿੰਗ ਸੀਗੀ, ਐਨਫੋਰਸਮੈਂਟ ਦੀ ਬਿਜਲੀ ਵੀ ਕੋਈ ਚੋਰੀ ਕਰਨ ਦਾ? ਹਾਂਜੀ ਹਾਂਜੀ, ਜਿਹੜੀ ਸੂਚਨਾ ਮਿਲੀ ਸੀਗੀ ਐਨਫੋਰਸਮੈਂਟ ਦੀ ਟੀਮ ਜਿਹੜੀ ਸੀਗੀ ਆ, ਉਹਨਾਂ ਨੇ ਮੌਕਾ ਚੈੱਕ ਕੀਤਾ ਆ, ਬਾਕੀ ਡਿਟੇਲ ਜਿਹੜੀ ਹੈਗੀ ਆ ਉਹ ਅੱਗੇ ਦਿੱਤੀ ਜਾਊਗੀ। ਹੁਣ ਪ੍ਰੋਸੈਸ ਜਿਹੜਾ ਹੁਣ ਵੀ ਚੱਲਦਾ ਪਿਆ ਆ, ਇਹਦੇ ਫਰਦਰ ਕੁਝ ਲਿੰਕਸ ਹੈਗੇ ਜਿਹੜਾ ਅਸੀਂ ਜਿਹਦੀ ਜਾਂਚ ਕਰਦੇ ਪਏ ਹਾਂ। ਕੀ ਕਾਰਵਾਈ ਕੀਤੀ ਜਾਏਗੀ ਸਰ ਜੇ ਦੋਸ਼ੀ? ਮਹਿਕਮੇ ਦੇ ਕਾਨੂੰਨ ਦੇ ਮੁਤਾਬਿਕ ਜਿਹੜੀ ਕਾਰਵਾਈ ਉਹ ਕੀਤੀ ਜਾਊਗੀ।